ਅਸੀਂ ਆਈਵੀ ਹਸਪੀਟਲ ਦੇ ਕਾਰਡੀਓਲੋਜੀ ਡਿਪਾਰਟਮੈਂਟ ਦੀ ਤਰਫ ਤੋਂ ਮੇਰਾ ਨਾਮ ਡਾਕਟਰ ਹਿਤੇਸ਼ ਹੈਗਾ ਸਾਡੇ ਜੀਐਮ ਸਾਹਿਬ ਡਾਕਟਰ ਸਚਿਨ ਸੂਦ ਤੇ ਸਾਡੇ ਫੈਲੋ ਕਾਰਡੀਓਲੋਜੀ ਸਾਡੇ ਡਾਕਟਰ ਸੁਮਿਤ ਤੇ ਅਸੀਂ ਅੱਜ ਇੱਥੇ ਤਾਂ ਇਕੱਠਾ ਹੋਏ ਹਾਂ ਇਹ ਦੱਸਣ ਲਈ ਕਿ ਅਸੀਂ ਇੱਕ ਵਿਲੇਜ ਹੈਲਥ ਇਨੀਸ਼ੀਏਟਿਵ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਦਾ ਸਿੱਧੇ ਅੱਖਰਾਂ 'ਚ ਮਤਲਬ ਇਹ ਹੈਗਾ ਕਿ ਅਸੀਂ ਪਿੰਡਾਂ 'ਚ ਪਹੁੰਚ ਕੇ ਹੈਲਥ ਲਈ ਸਾਡੀ ਸਿਹਤ ਲਈ ਅਵੇਅਰਨੈਸ ਫੈਲਾਉਣੀ ਹੈ ਜਾਗਰੂਕਤਾ ਫੈਲਾਉਣੀ ਹੈ ਅਗਰ ਅਸੀਂ ਦੇਖੀਏ ਪੰਜਾਬ ਦੇ ਵਿੱਚ ਜਾਂ ਓਵਰਆਲ ਇੰਡੀਆ ਦੇ ਵਿੱਚ ਮੋਸਟਲੀ ਜੋ ਸਾਡੀ ਪਾਪੂਲੇਸ਼ਨ ਹੁੰਦੀ ਹੈ ਉਹ ਵਿਲੇਜਸ ਦੇ ਵਿੱਚ ਹੀ ਹੁੰਦੀ ਹੈ ਪਿੰਡਾਂ ਦੇ ਵਿੱਚ ਹੀ ਹੁੰਦੀ ਹੈ ਅਤੇ 80% ਲੋਕ ਪਿੰਡਾਂ ਦੇ ਵਿੱਚ ਹੀ ਰਹਿੰਦੇ ਹੈ ਅਤੇ ਅਗਰ ਆਪਾਂ ਦੇਖੀਏ ਉਹਨਾਂ ਨੂੰ ਬੀ ਪੀ ਕਿੰਨੇ ਪਰਸੈਂਟ ਨੂੰ ਹੁੰਦਾ 30% ਤੱਕ ਲੋਕਾਂ ਨੂੰ ਬੀ ਪੀ ਹੁੰਦਾ ਹੈ ਵਿਲੇਜ ਦੇ ਵਿੱਚ ਹੀ ਪਤਾ ਕਿ ਇਹਨਾਂ ਨੂੰ ਹੁੰਦਾ ਹੈ ਸਿਰਫ 10% ਲੋਕਾਂ ਨੂੰ ਪਤਾ ਹੁੰਦਾ ਹੈ ਕਿ ਸਾਨੂੰ ਬੀ ਪੀ ਹੈਗਾ ਅਤੇ ਉਹ ਸਹੀ ਤਰ੍ਹਾਂ ਤੋਂ ਟ੍ਰੀਟ ਵੀ ਨਹੀਂ ਹੋ ਪਾਉਂਦੇ ਅਤੇ ਅੱਜ ਕੱਲ੍ਹ ਦੂਜਾ ਸਾਡਾ ਜੋ ਕਨਸੈਪਟ ਸੀਗਾ ਕਿ ਆਪਾਂ ਵਿਲੇਜਸ ਤੱਕ ਪਹੁੰਚ ਕੇ ਇਹ ਇਨੀਸ਼ੀਏਟਿਵ ਸ਼ੁਰੂ ਕਰੀਏ ਇਸ ਦਾ ਦੂਜਾ ਜੋ ਸਟਿਮੂਲਸ ਸੀਗਾ ਜਾਂ ਸਾਨੂੰ ਜੋ ਆਈ ਸੋਚ ਉਹ ਇਸ ਦੀ ਸੀਗੀ ਕਿ ਅੱਜ ਕੱਲ੍ਹ ਪਿਛਲੇ 20 ਸਾਲਾਂ ਦੇ ਵਿੱਚ ਹਾਰਟ ਦੀ ਬਿਮਾਰੀ 40 ਸਾਲ ਦੇ ਘੱਟ ਬੰਦਿਆਂ ਨੂੰ ਕਾਫੀ ਜ਼ਿਆਦਾ ਹੋ ਗਈ ਇਹ ਇੱਕ ਸਟੱਡੀ ਸੀਗੀ ਕੇਰਲ ਦੇ ਵਿੱਚ ਉਹ ਕਹਿੰਦੇ ਆ ਕਿ 47 ਗੁਣਾ ਵੱਧ ਗਈ ਹੈ ਬਿਮਾਰੀ ਪਿਛਲੇ 20 ਸਾਲਾਂ ਤੋਂ ਜਿੱਦਾਂ ਆਪਾਂ ਸੁਣਦੇ ਹਾਂ ਸਾਡੇ ਪਹਿਲਾਂ ਚਾਚਾ ਮਾਮਾ ਕਦੇ ਇਦਾਂ ਦੀ ਗੱਲ ਨਹੀਂ ਸੁਣੀ ਕਿ ਬਈ ਫਲਾਂ ਬੰਦਾ ਬੈਠੇ ਬੈਠਿਆ ਐਕਸਪਾਇਰ ਹੋ ਗਿਆ ਕੋਈ ਜਾਨ ਨੂੰ ਖਤਰਾ ਹੋ ਗਿਆ ਹੁਣ ਆਪਾਂ ਪਿਛਲੇ 20 ਸਾਲਾਂ ਤੋਂ ਕਾਫੀ ਇਦਾਂ ਦੀ ਗੱਲਾਂ ਸੁਣਦੇ ਹਾਂ ਤੋ ਇਹੀ ਸਾਡੀ ਸੋਚ ਦਾ ਇੱਕ ਓਰੀਜਿਨ ਹੈਗਾ ਇਹੀ ਸਾਨੂੰ ਸਾਡਾ ਪ੍ਰੇਰਣਾ ਦਾ ਸਰੋਤ ਹੈਗਾ ਕਿ ਆਪਾਂ ਉੱਥੇ ਜਾ ਕੇ ਵਿਲੇਜਸ ਨੂੰ ਵਿਲੇਜਸ ਦੀ ਹੈਲਥ ਨੂੰ ਇੰਪਰੂਵ ਕਰੀਏ ਅਤੇ ਕਾਫੀ ਸਟੱਡੀਜ਼ ਹੋਈਆਂ US ਦੇ ਵਿੱਚ ਵੀ ਇੰਡੀਆ ਦੇ ਵਿੱਚ ਵੀ ਜੋ ਕਹਿੰਦੇ ਆ ਕਿ ਜੋ ਹਾਰਟ ਦੀ ਬਿਮਾਰੀਆਂ ਹੁੰਦੀਆਂ ਇਹ ਸਕੂਲ ਗੋਇੰਗ ਏਜ ਤੋਂ ਹੀ ਸ਼ੁਰੂ ਹੋ ਜਾਂਦੀਆਂ ਜਦੋਂ ਬੱਚਾ 10 ਤੋਂ 20 ਸਾਲ ਦਾ ਹੁੰਦਾ ਹੈ ਉਸੇ ਏਜ 'ਤੇ ਹੀ ਮੋਟਾਪਾ ਹੋਣਾ ਖਾਣ ਪਾਣ ਦੀ ਜੋ ਹੈਬਿਟਸ ਹੁੰਦੀਆਂ ਜੋ ਖਾਣ ਪਾਣ ਤਰੀਕਾ ਹੁੰਦਾ ਹੈ ਰਹਿਣ ਸਹਿਣ ਦਾ ਤਰੀਕਾ ਹੁੰਦਾ ਹੈ ਫਿਜ਼ੀਕਲ ਐਕਟੀਵਿਟੀ ਹੁੰਦੀ ਹੈ ਦੌੜ ਭੱਗ ਹੁੰਦੀ ਹੈ ਇਹ ਸਾਰੀ ਚੀਜ਼ਾਂ ਦਾ ਸਾਡੇ ਹਾਰਟ 'ਤੇ ਹੌਲੀ ਹੌਲੀ ਕਰਕੇ ਚਰਬੀ ਜੰਮਣ ਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ ਤੋ ਆਪਾਂ ਜੇ ਸਾਡਾ ਪ੍ਰੋਗਰਾਮ ਹੈਗਾ ਇਨੀਸ਼ੀਏਟਿਵ ਹੈਗਾ ਸਾਡੀ ਪਹਿਲ ਹੈਗੀ ਸਾਡੀ ਸੋਚ ਹੈਗੀ ਇਹੀ ਹੈਗੀ ਕਿ ਆਪਾਂ ਉਸ ਗਰੁੱਪ ਨੂੰ ਜਾ ਕੇ ਉਹਨਾਂ ਨੂੰ ਜਾ ਕੇ ਜਾਗਰੂਕ ਕਰੀਏ ਖਾਸ ਕਰਕੇ ਜੋ ਸਕੂਲ ਦੇ ਬੱਚੇ ਹੁੰਦੇ ਹੈ ਜਾਂ 20-30 ਸਾਲ ਦੇ ਬੱਚੇ ਹੁੰਦੇ ਹੈ ਜਾਂ ਹੋਰ ਵੀ ਜੋ ਜ਼ਰੂਰਤਮੰਦ ਲੋਕ ਹੁੰਦੇ ਹੈ ਪਿੰਡਾਂ ਦੇ ਵਿੱਚ ਉਹਨਾਂ ਨੂੰ ਜਾ ਕੇ ਆਪਾਂ ਜਾਗਰੂਕ ਕਰੀਏ ਕਿ ਬਿਮਾਰੀ ਨੂੰ ਕਿੱਦਾਂ ਥਾਮ ਸਕਦੇ ਹਾਂ ਸਾਡਾ ਇਸ ਪਹਿਲ ਦਾ ਮਕਸਦ ਇਹੀ ਹੈ ਕਿ ਆਪਾਂ ਬਿਮਾਰੀ ਨੂੰ ਖਤਰੇ ਵਾਲੀ ਸਟੇਜ ਤੱਕ ਪਹੁੰਚਣ ਤੋਂ ਪਹਿਲਾਂ ਹੀ ਕੰਟਰੋਲ ਕਰੀਏ ਇਹ ਸਾਡਾ ਇੱਕ ਮੋਟਾ ਮੋਟਾ ਪਹਿਲ ਹੈਗੀ ਇਸ ਦੇ ਵਿੱਚ ਇਕੱਲੇ ਡਾਕਟਰ ਦੇ ਕਰਕੇ ਜਾਂ ਇਕੱਲੇ ਹੋਸਪਿਟਲ ਦੇ ਗਰੁੱਪ ਕਰਕੇ ਇਹ ਚੀਜ਼ਾਂ ਨਹੀਂ ਸਕਸੈਸ ਹੋਣੀ ਇਸ ਦੇ ਵਿੱਚ ਪੂਰੇ ਸਮਾਜ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈਗੀ ਅਤੇ ਸਾਡਾ ਜੋ ਪ੍ਰੋਗਰਾਮ ਹੈਗਾ ਅਸੀਂ 479 ਵਿਲੇਜਸ ਨੂੰ ਕਵਰ ਕਰਨਾ ਹੈ ਪਿੰਡਾਂ ਨੂੰ ਕਵਰ ਕਰਨਾ ਹੈ ਸਾਡੀ ਕੋਸ਼ਿਸ਼ ਹੈ ਅਗਲੇ 1-2 ਸਾਲ ਦੇ ਵਿੱਚ ਸਾਰੇ ਪਿੰਡ ਕਵਰ ਹੋ ਜਾਵੇ ਜੋ ਆਪਾਂ ਇਨੀਸ਼ੀਏਟਿਵ ਲਿਆ ਹੈ ਸਾਡੀ ਪਹਿਲ ਹੈਗੀ ਪਹਿਲਾਂ ਆਪਾਂ ਇੱਕ ਪਿੰਡ ਤੋਂ ਕਰਾਂਗੇ ਉਸ ਪਿੰਡ ਨੂੰ ਮਹੀਨੇ ਤੱਕ ਆਪਾਂ ਰੀਕਰੈਂਟ ਬਾਰ ਬਾਰ ਕਰਕੇ ਉਹਨਾਂ ਦੇ ਵਿੱਚ ਕੈਂਪ ਲਗਾਵਾਂਗੇ ਐਟਲੀਸਟ 2 ਜਾਂ 3 ਕੈਂਪ ਲਗਾਵਾਂਗੇ ਅਤੇ ਆਪਾਂ OPD ਦੇ ਵਿੱਚ ਸਾਡੇ ਹੋਸਪਿਟਲ ਦੇ ਵਿੱਚ ਆਪਾਂ ਫ੍ਰੀ ਕੰਸਲਟ ਦੇਵਾਂਗੇ ਕਿ ਕੋਈ ਵੀ ਆ ਕੇ ਸਾਡੀ ਬਿਮਾਰੀ ਆਪਣੀ ਬਿਮਾਰੀ ਲਈ ਜਾਂ ਸਾਡੀ ਹੈਲਥ ਲਈ ਕਿਸੇ ਵੀ ਕਿਸਮ ਦੇ ਸਵਾਲਾਂ ਦਾ ਜਵਾਬ ਪਾ ਸਕਦਾ ਹੈ ਜਾਂ ਆਪਣਾ ਚੈੱਕਅਪ ਕਰਾ ਸਕਦਾ ਹੈ ਕੰਸਲਟੇਸ਼ਨ ਫ੍ਰੀ ਹੋਊਗੀ ਟੈਸਟਾਂ ਦੇ ਵਿੱਚ ਵੀ ਡਿਸਕਾਊਂਟ ਹੋਊਗਾ ਬਟ ਇੱਕ ਜਾਗਰੂਕਤਾ ਫੈਲਾਉਣ ਦਾ ਵੀ ਮੁਹਿੰਮ ਸ਼ੁਰੂ ਕਰਾਂਗੇ ਜਦੋਂ ਆਪਾਂ ਇੱਕ ਵਿਲੇਜ ਨੂੰ ਤਿਆਰ ਕਰਾਂਗੇ ਉਸ ਦੇ ਵਿੱਚ ਆਪਾਂ 5 ਬੰਦੇ ਜੋ ਤਿਆਰ ਹੈਗੇ ਅੱਗੇ ਮੈਸੇਜ ਹੋਰ ਅੱਗੇ ਕਰਾਉਣ ਲਈ ਇੱਦਾਂ ਦੇ 5 ਬੰਦੇ ਤਿਆਰ ਕਰਾਂਗੇ ਜੋ ਅੱਗੇ ਹੋਰ 5 ਪਿੰਡਾਂ ਦੇ ਮੈਸੇਜ ਸਪਰੈਡ ਕਰੀਏ ਇੱਦਾਂ ਕਰਕੇ ਇਸ ਨੂੰ ਫੈਕਟਰ ਡਿਜ਼ਾਈਨ ਕਹਿੰਦੇ ਆ ਕਿ ਆਪਾਂ ਜੋ ਕੰਮ ਅਗਰ 479 ਵਿਲੇਜਸ ਹੈਗੇ ਅਗਰ ਆਪਾਂ ਇੱਕ ਮਹੀਨਾ ਖਰਚੇ ਲਗਾਈਏ ਤਾਂ ਆਪਾਂ ਸਾਲ 'ਚ ਸਿਰਫ 12 ਵਿਲੇਜ ਹੀ ਕਵਰ ਕਰਾਂਗੇ ਇੱਦਾਂ ਤਾਂ ਆਪਾਂ ਨੂੰ ਬਹੁਤ ਸਾਲ ਲੱਗ ਜੂਗੇ 10-20 ਸਾਲ ਲੱਗ ਜੂਗੇ ਕਵਰ ਕਰਦੇ ਹੋਏ ਇਸ ਫੈਕਟਰ ਡਿਜ਼ਾਈਨ ਦੇ ਤਹਿਤ ਮੈਸੇਜ ਆਪਾਂ ਅੱਗੇ ਤੋਂ ਅੱਗੇ ਸਪਰੈਡ ਕਰਨਾ ਹੈ ਅਤੇ 1-2 ਸਾਲ ਦੇ ਵਿੱਚ ਹੀ ਆਪਾਂ ਕੋਸ਼ਿਸ਼ ਕਰਨੀ ਹੈ ਆਪਣੇ ਨਵਾਂਸ਼ਹਿਰ ਪੂਰੇ ਹਲਕੇ ਦੇ ਵਿੱਚ ਜੋ 5 ਡਿਵੀਜ਼ਨ ਆਉਂਦੇ ਆ ਸੂਬੇ ਆਉਂਦੇ ਹੈ ਔੜ ਬੰਗਾ ਨਵਾਂਸ਼ਹਿਰ ਸੜੋਇਆ ਬਲਾਚੌਰ ਇਸ ਦੇ ਵਿੱਚ ਦੇ ਵਿਲੇਜਸ ਨੂੰ ਜ਼ਿਆਦਾ ਤੋਂ ਜ਼ਿਆਦਾ ਆਪਾਂ ਆਪਣੀ ਪਹੁੰਚ ਬੜਾਈਏ ਇਹ ਸਾਡਾ ਜੋ ਟੈਸਟ ਹੋਣੇ ਉਹਨਾਂ 'ਚ ਆਪਾਂ 20% ਤੱਕ ਡਿਸਕਾਊਂਟ ਦੇਵਾਂਗੇ ਅਤੇ ਜੋ ਸਾਡੀ ਸਲਾਹ ਹੈ ਜੋ ਫੀਸ ਹੁੰਦੀ ਹੈ ਉਹ ਟੋਟਲੀ ਫ੍ਰੀ ਹੋਊਗੀ ਕਿਸੇ ਨੂੰ ਕੋਈ ਮੇਜਰ ਬਿਮਾਰੀ ਆ ਜਾਂਦੀ ਹੈ ਹਾਂਜੀ ਤਾਂ ਉਹਦੇ ਵਾਸਤੇ ਕਿਸ ਤਰ੍ਹਾਂ ਆਪਾਂ ਲੈਸ ਕਰਾਂਗੇ ਅਗਰ ਮੇਜਰ ਬਿਮਾਰੀ ਆਉਂਦੀ ਹੈ ਤਾਂ ਵੀ ਆਪਾਂ ਜੋ ਗੌਰਮੈਂਟ ਦੇ ਰੇਟ ਹੈ ਉਸ 'ਚ ਲਗਾਉਂਦੇ ਹਾਂ ਬਾਕੀ ਹੋਸਪਿਟਲ ਦੇ ਵਿੱਚ ਆਯੁਸ਼ਮਾਨ ਕਾਰਡ ਚੱਲਦਾ ਹੈ ਹੋਰ ਵੀ ਸਕੀਮਾਂ ਚੱਲਦੀਆਂ ਜਿਨ੍ਹਾਂ ਦੇ ਵਿੱਚ ਫ੍ਰੀ ਵੀ ਇਲਾਜ ਹੁੰਦਾ ਹੈ ਸਰ ਆਪਣੇ ਹੋਸਪਿਟਲ ਆਯੁਸ਼ਮਾਨ ਕਾਰਡ ਨੂੰ ਮਿਲਣਾ ਹਾਂਜੀ ਹਾਂਜੀ ਬਹੁਤ ਸਾਰੇ ਪੇਸ਼ੈਂਟ ਜਾਂਦੇ ਆ ਪਰ ਉਹਨੂੰ ਉਹ ਸੁਵਿਧਾ ਮਿਲਦੀ ਨਹੀਂ ਉਹ ਕਹਿੰਦੇ ਇਹ ਡਿਜ਼ੀਜ਼ ਦੇ ਵਿੱਚ ਕਵਰ ਨਹੀਂ ਕਿੰਨੇ ਆਯੁਸ਼ਮਾਨ 'ਚ ਡਿਜ਼ੀਜ਼ ਕਵਰ ਹੁੰਦੇ
देखो आयुष्मान दे विच एटलीस्ट 30 तो भी ज़्यादा डिजीज कवर होंगे, बट जो बीमारी का इलाज ओपीडी बेसिस पे हो सकता है जिदा सादा बुखार हो गया वो बीमारियाँ आयुष्मान दे विच कवर नहीं होंगी। हाँ जी, जिदा किसी नूं अटैक आ गया, हार्ट का अटैक, अगर किसी का अटैक आ गया या स्टेंट पैना है वो कवर हैगा साडे। आप कर रहे हैं लंगड़ोए तो इसका कारण सिर्फ यही है कि लंगड़ोया साढ़े सब तो नज़दीक है कि ये आज तो ही शुरू होगा। हाँ जी, नहीं कैंप लगना है हफ्ते 10 दिन बाद, बाकी ये जो कंसल्टेशन है इनिशिएटिव ही आज तो ही शुरू हो गया। फ्री वो कर सकते उदा अपन 9 to 3 अवेलेबल होंगे, बाकी इवनिंग से भी होंगे, बट असी एक हेल्पलाइन नंबर देवांगे उस नंबर पर वो कदे भी कॉल कर सकते। असी लंगड़ोआ पिंड तो शुरू करन दा यही सीगा कि असी डेटा कढ़ के देखा कि किस पिंड च किन्ने एक मरीज हैगे हैं, किन्ने एक पॉपुलेशन हैगी है, किसे 4000 है, किसे 4500 है, किसे 5000 है। बींग लंगड़ोआ हॉस्पिटल तो बिल्कुल क्लोज हैगा तो इसलिए उसनों चुना गया, प्लस उन्होंने सरपंच साहब नाल गल हो गई है तो अज शायद आ नहीं सके हैं, बट उन्होंने अपने जिन्हें भी ग्रुप से उन्होंने सारे इनिशिएटिव पाता है तो हाँ जी सत श्री अकाल जी। ਉਹ ਜੀ ਅਸੀਂ ਨਾਮ ਹੀ ਲੈ ਰਹੇ ਸੀਗੇ ਆ ਵੀ ਗਏ ਹੈ ਅੰਦਰ ਜੀ ਨੇ ਸਰ। ਹਾਂਜੀ ਹਾਂਜੀ, ਪਲੀਜ਼ ਬੈਠੋ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਅਸੀਂ ਸਾਰਿਆਂ ਨੂੰ ਇਨਫੋਰਮ ਕਰਤਾ ਹੈ ਅਤੇ ਇਨਫੋਰਮ ਕਰਨ ਦਾ ਹੀ ਮਤਲਬ ਹੈ ਕਿ ਜਿੰਨਾ ਜ਼ਿਆਦਾ ਇਹ ਫੈਲਾ ਸਕੇ ਇਨਫੋਰਮੇਸ਼ਨ ਨੂੰ ਓਨਾ ਹੀ ਪੇਸ਼ੈਂਟ ਨੂੰ ਪਤਾ ਲੱਗੂਗਾ, ਓਨਾ ਹੀ ਪੇਸ਼ੈਂਟ ਹੋਸਪਿਟਲ ਆ ਕੇ ਆਪਣਾ ਕਰਾ ਸਕਦਾ, ਪਤਾ ਕਰਾ ਸਕਦਾ ਕਿਸੇ ਵੀ ਚੀਜ਼ ਬਾਰੇ। ਬਿਲਕੁਲ 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 ਠੀਕ ਹੈ।